ਸਹੁਰਿਆਂ ਦੇ ਵੱਲੋਂ ਕੁੱਟ-ਕੁੱਟ ਕੇ ਵਿਆਹਤਾ ਦਾ ਕਤਲ ਕੀਤਾ ਗਿਆ। ਇਹ ਇਲਜ਼ਾਮ ਪੇਕਿਆਂ ਦੇ ਵੱਲੋਂ ਲਗਾਏ ਗਏ ਨੇ। ਦੱਸਦੇ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਲੜਕੀ ਦੀ ਮੌਤ ਹੋਈ ਤਾਂ ਸਹੁਰੇ ਪਰਿਵਾਰ ਤੇ ਸ਼ੱਕ ਦੀ ਸੂਈ ਆ ਗਈ। ਪੇਕਿਆਂ ਦੇ ਵੱਲੋਂ ਸਹੁਰਿਆਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਕਿਹਾ ਕਿ ਇਹ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਦੇ ਸੀ, ਪੈਸਿਆਂ ਦੀ ਡਿਮਾਂਡ ਕਰਦੇ ਸੀ। ਅੱਜ ਸਵੇਰੇ ਫੋਨ ਆਇਆ ਕਿ ਉਸਨੂੰ ਦਿਲ ਦਾ ਦੌਰਾ ਪੈ ਗਿਆ ਤੇ ਥੋੜੇ ਸਮੇਂ ਬਾਅਦ ਫਿਰ ਫੋਨ ਆਇਆ ਕਿ ਉਸਦੀ ਮੌਤ ਹੋ ਗਈ। ਜਦ ਦੇਖਿਆ ਤਾਂ ਉਸਦਾ ਕਤਲ ਕੀਤਾ ਗਿਆ ਸੀ। ਇਹ ਆਰੋਪ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ। ਮੌਕੇ ਤੇ ਪੁੱਜੀ ਪੁਲਿਸ ਨੇ ਬਿਆਨ ਦਰਜ ਕੀਤੇ ਔਰ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ। ਮਾਮਲਾ ਸਮਾਣਾ ਦੇ ਪਿੰਡ ਕੁਲਾਰਾ ਕਲਾਂ ਤੋਂ ਸਾਹਮਣੇ ਆਇਆ। ਮ੍ਰਿਤਕ ਲੜਕੀ ਦੇ ਪੇਕਿਆਂ ਦੇ ਵੱਲੋਂ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੂੰ ਜੀ ਅਚਾਨਕ ਮਤਲਬ ਫੋਨ ਕੀਤਾ ਇਹਨਾਂ ਨੇ ਵੀ ਹਾਰਟ ਅਟੈਕ ਆਇਆ। ਸ਼ੱਕ ਤਾਂ ਹਾਲ ਤੱਕ ਕੁਛ ਨੀ ਕਹਿ ਸਕਦੇ। ਡਾਕਟਰਾਂ ਨੇ ਪੋਸਟਮਾਰਟਮ ਕੀਤਾ ਜੀ, ਜੋ ਪੋਸਟਮਾਰਟਮ ਦੀ ਰਿਪੋਰਟ। ਕਿੰਨੇ ਸਾਲ ਹੋ ਗਏ ਸਿਸਟਰ ਦੇ ਬਿਆਨ ਨੂੰ? 10 ਸਾਲ ਹੋ ਗਏ ਜੀ। ਤੇ ਪਹਿਲੇ ਕੁਝ ਦੱਸਦੀ ਤੁਹਾਨੂੰ? ਹਾਂ ਦੱਸਦੀ ਸੀ, ਪਹਿਲਾਂ ਕੁੱਟਮਾਰ ਬਾਰੇ ਜੋ ਵੀ ਕੁਛ ਹੁੰਦਾ ਸੀ ਉਹ ਸਭ ਕੁਛ ਦੱਸਦੀ ਸੀ ਜੀ। ਮੈਨੂੰ ਟੋਰਚਰ ਕੀਤਾ ਜਾ ਰਿਹਾ ਹੈ ਜੀ, ਪੈਸੇ ਬਾਰੇ ਟੋਰਚਰ, ਦਹੇਜ ਦੇ ਉਸ ਬਾਰੇ ਟੋਰਚਰ। ਲੜਾਈ ਝਗੜਾ ਕਰਦੇ ਸੀ, ਮੇਰੇ ਭਾਣਜੇ ਦਾ ਵਿਆਹ ਸੀ, ਉੱਥੇ ਆਏ ਭਤੀਜੇ ਦੇ ਵਿਆਹ 'ਚ ਆਉਣਾ ਸੀ, ਕਲੇਸ਼ ਕਰ ਲਿਆ, ਕਹਿੰਦਾ ਜਾਣਾ ਨਹੀਂ ਹੈਗਾ ਜੀ। ਹਰਪ੍ਰੀਤ ਕੌਰ ਸੀਗੀ ਲੜਕੀ, ਉਮਰ 32 ਸਾਲ ਉਮਰ ਸੀਗੀ ਇਹਦੀ। ਤੇ ਸਾਨੂੰ ਕਰੀਬ ਸਵੇਰੇ 10 ਵਜੇ ਹਸਪੀਟਲ ਤੋਂ ਤਲਾਹ ਮਿਲੀ ਸੀਗੀ ਜੀ, ਬਰੋਡ ਰੈੱਡ ਦੀ ਮਿਲੀ ਸੀ, ਬਰੋਡ ਰੈੱਡ ਆਈ ਸੀਗੀ ਜੀ। ਉਦੋਂ ਬਾਅਦ ਇਹਦੇ ਸਹੁਰਾ ਪਰਿਵਾਰ ਤੇ ਪੇਕੇ ਪਰਿਵਾਰ ਬੁਲਾ ਕੇ ਉਹਨਾਂ ਦੀ ਸਟੇਟਮੈਂਟ ਤੇ 174 CRPC ਦੀ ਕਾਰਵਾਈ ਅਮਲ ਵਿੱਚ ਲੈਂਦੀ ਹੈ। ਬਾਕੀ ਜੋ ਡਾਕਟਰ ਸਾਹਿਬ ਦੀ ਰਿਪੋਰਟ ਆਊਗੀ ਉਹਦੇ ਆਧਾਰ ਤੇ ਅਗਲੀ ਲੋੜੀਂ ਦੀ ਕਾਰਵਾਈ ਅਮਲ ਵਿੱਚ ਲਿਆ। ਲੜਕੀ ਦੇ ਪਰਿਵਾਰ ਨੇ ਕੀ ਕਿਹਾ ਤੁਹਾਨੂੰ ਲਿਖਾਇਆ? ਉਹਨਾਂ ਨੇ ਫਿਲਹਾਲ ਅਚਾਨਕ ਤੇ ਕੁਦਰਤੀ ਲਿਖਾਇਆ ਵੀ ਅਚਾਨਕ ਤੇ ਕੁਦਰਤੀ ਮੌਤ ਹੋਈ ਹੈ, ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਜੋ ਡਾਕਟਰੀ ਰਿਪੋਰਟ ਆਉਂਦੀ ਹੈ ਉਹਦੇ ਆਧਾਰ ਤੇ ਅਗਲੀ ਲੋੜੀਂ ਦੀ ਕਾਰਵਾਈ ਅਮਲ ਵਿੱਚ ਲਿਆਵਾਂਗੇ। ਸਹੁਰਿਆਂ ਦੇ ਵੱਲੋਂ ਕੁੱਟ-ਕੁੱਟ ਕੇ ਵਿਆਹਤਾ ਦਾ ਕਤਲ ਕੀਤਾ ਗਿਆ। ਇਹ ਇਲਜ਼ਾਮ ਪੇਕਿਆਂ ਦੇ ਵੱਲੋਂ ਲਗਾਏ ਗਏ ਨੇ। ਦੱਸਦੇ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਲੜਕੀ ਦੀ ਮੌਤ ਹੋਈ ਤਾਂ ਸਹੁਰੇ ਪਰਿਵਾਰ ਤੇ ਸ਼ੱਕ ਦੀ ਸੂਈ ਆ ਗਈ। ਪੇਕਿਆਂ ਦੇ ਵੱਲੋਂ ਸਹੁਰਿਆਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਕਿਹਾ ਕਿ ਇਹ ਸਾਡੀ ਧੀ ਨੂੰ ਤੰਗ ਪਰੇਸ਼ਾਨ ਕਰਦੇ ਸੀ, ਪੈਸਿਆਂ ਦੀ ਡਿਮਾਂਡ ਕਰਦੇ ਸੀ। ਅੱਜ ਸਵੇਰੇ ਫੋਨ ਆਇਆ ਕਿ ਉਸਨੂੰ ਦਿਲ ਦਾ ਦੌਰਾ ਪੈ ਗਿਆ ਤੇ ਥੋੜੇ ਸਮੇਂ ਬਾਅਦ ਫਿਰ ਫੋਨ ਆਇਆ ਕਿ ਉਸਦੀ ਮੌਤ ਹੋ ਗਈ। ਜਦ ਦੇਖਿਆ ਤਾਂ ਉਸਦਾ ਕਤਲ ਕੀਤਾ ਗਿਆ ਸੀ। ਇਹ ਆਰੋਪ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ। ਮੌਕੇ ਤੇ ਪੁੱਜੀ ਪੁਲਿਸ ਨੇ ਬਿਆਨ ਦਰਜ ਕੀਤੇ ਔਰ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ। ਮਾਮਲਾ ਸਮਾਣਾ ਦੇ ਪਿੰਡ ਕੁਲਾਰਾ ਕਲਾਂ ਤੋਂ ਸਾਹਮਣੇ ਆਇਆ। ਮ੍ਰਿਤਕ ਲੜਕੀ ਦੇ ਪੇਕਿਆਂ ਦੇ ਵੱਲੋਂ ਪੁਲਿਸ ਦੇ ਕੋਲ ਬਿਆਨ ਦਰਜ ਕਰਵਾਏ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੂੰ ਜੀ ਅਚਾਨਕ ਮਤਲਬ ਫੋਨ ਕੀਤਾ ਇਹਨਾਂ ਨੇ ਵੀ ਹਾਰਟ ਅਟੈਕ ਆਇਆ। ਸ਼ੱਕ ਤਾਂ ਹਾਲ ਤੱਕ ਕੁਛ ਨੀ ਕਹਿ ਸਕਦੇ। ਡਾਕਟਰਾਂ ਨੇ ਪੋਸਟਮਾਰਟਮ ਕੀਤਾ ਜੀ, ਜੋ ਪੋਸਟਮਾਰਟਮ ਦੀ ਰਿਪੋਰਟ। ਕਿੰਨੇ ਸਾਲ ਹੋ ਗਏ ਸਿਸਟਰ ਦੇ ਵਿਆਹ ਨੂੰ? 10 ਸਾਲ ਹੋ ਗਏ ਜੀ। ਤੇ ਪਹਿਲੇ ਕੁਝ ਦੱਸਦੀ ਸੀ ਤੁਹਾਨੂੰ? ਹਾਂ ਦੱਸਦੀ ਸੀ, ਪਹਿਲਾਂ ਕੁੱਟਮਾਰ ਬਾਰੇ ਜੋ ਵੀ ਕੁਛ ਹੁੰਦਾ ਸੀ ਉਹ ਸਭ ਕੁਛ ਦੱਸਦੀ ਸੀ ਜੀ। ਮੈਨੂੰ ਟੋਰਚਰ ਕੀਤਾ ਜਾ ਰਿਹਾ ਹੈ ਜੀ, ਪੈਸੇ ਬਾਰੇ ਟੋਰਚਰ, ਦਹੇਜ ਦੇ ਉਸ ਬਾਰੇ ਟੋਰਚਰ। ਲੜਾਈ ਝਗੜਾ ਕਰਦੇ ਸੀ, ਮੇਰੇ ਭਾਣਜੇ ਦਾ ਵਿਆਹ ਸੀ, ਉੱਥੇ ਆਏ ਭਤੀਜੇ ਦੇ ਵਿਆਹ 'ਚ ਆਉਣਾ ਸੀ, ਕਲੇਸ਼ ਕਰ ਲਿਆ, ਕਹਿੰਦਾ ਜਾਣਾ ਨਹੀਂ ਹੈਗਾ ਜੀ। ਇਹ ਹਰਪ੍ਰੀਤ ਕੌਰ ਸੀਗੀ ਲੜਕੀ, ਉਮਰ 32 ਸਾਲ ਉਮਰ ਸੀਗੀ ਇਹਦੀ। ਤੇ ਸਾਨੂੰ ਕਰੀਬ ਸਵੇਰੇ 10 ਵਜੇ ਹਸਪੀਟਲ ਤੋਂ ਤਲਾਹ ਮਿਲੀ ਸੀਗੀ ਜੀ, ਬਰੋਡ ਰੈੱਡ ਦੀ ਮਿਲੀ ਸੀ, ਬਰੋਡ ਰੈੱਡ ਆਈ ਸੀਗੀ ਜੀ। ਉਦੋਂ ਬਾਅਦ ਇਹਦੇ ਸਹੁਰਾ ਪਰਿਵਾਰ ਤੇ ਪੇਕੇ ਪਰਿਵਾਰ ਬੁਲਾ ਕੇ ਉਹਨਾਂ ਦੀ ਸਟੇਟਮੈਂਟ ਤੇ 174 CRPC ਦੀ ਕਾਰਵਾਈ ਅਮਲ ਵਿੱਚ ਲੈਂਦੀ ਹੈ। ਬਾਕੀ ਜੋ ਡਾਕਟਰ ਸਾਹਿਬ ਦੀ ਰਿਪੋਰਟ ਆਊਗੀ ਉਹਦੇ ਆਧਾਰ ਤੇ ਅਗਲੀ ਲੋੜੀਂਦੀ ਕਾਰਵਾਈ ਅਮਲ ਵਿੱਚ ਲੈਂਦੀ ਹੈ। ਲੜਕੀ ਦੇ ਪਰਿਵਾਰ ਨੇ ਕੀ ਕਿਹਾ ਤੁਹਾਨੂੰ ਲਿਖਾਇਆ? ਉਹਨਾਂ ਨੇ ਫਿਲਹਾਲ ਅਚਾਨਕ ਤੇ ਕੁਦਰਤੀ ਲਿਖਾਇਆ ਵੀ ਅਚਾਨਕ ਤੇ ਕੁਦਰਤੀ ਮੌਤ ਹੋਈ ਹੈ, ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਜੋ ਡਾਕਟਰੀ ਰਿਪੋਰਟ ਆਉਂਦੀ ਹੈ ਉਹਦੇ ਆਧਾਰ ਤੇ ਅਗਲੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਵਾਂਗੇ।